ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਅੱਜ ਆਪਾਂ ਉਸ ਪਾਠ ਦੀ ਗੱਲ ਕਰਨ ਜਾ ਰਹੇ ਹਾਂ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਜਿਹਦੇ ਬਾਰੇ ਬਹੁਤ ਸਾਰੇ ਅਗਿਆਨੀਆਂ ਨੇ ਰੌਲਾ ਪਾਇਆ ਹੋਇਆ ਵਾ। ਉਹ ਹੈਗੇ ਆ ਜੀ, ਦੇਖੋ ਲਿਖਿਆ, ਦੇਵੀ ਜੂ ਕੀ ਉਸਤਤ। ਆਪਾਂ ਇਸ ਨੂੰ ਬਹੁਤ ਡੂੰਘੇ ਤਰੀਕੇ ਨਾਲ ਨਹੀਂ ਵਿਚਾਰਾਂਗੇ, ਆਪਾਂ ਉੱਪਰੋਂ ਉੱਪਰੋਂ ਅਰਥ ਜੇ ਸਮਝਦੇ ਹਾਂ, ਕਿਉਂਕਿ ਜਦੋਂ ਆਪਾਂ ਸੀਰੀਜ਼ ਆਪਾਂ ਜਿਹੜੀ ਬਣਾਈ ਹੋਈ ਹੈ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੇ ਕੁਐਸਚਨ ਐਂਡ ਆਂਸਰਸ ਦੀ, ਉਹਦੇ ਵਿੱਚ ਆਪਾਂ ਇਹਨੂੰ ਡੀਪਲੀ ਸਮਝਾਂਗੇ। ਉਹ ਤਾਂ ਹਜੇ ਆਪਾਂ ਇੱਕ ਵੀਡੀਓ ਹੀ ਬਣਾਈ ਆ, ਹਜੇ ਤਾਂ ਆਪਾਂ ਜਾਪ ਸਾਹਿਬ ਦੀ ਬਾਣੀ ਬਾਰੇ ਵੀ ਨਹੀਂ ਗੱਲ ਕੀਤੀ, ਉਹ 'ਚ ਤਾਂ ਬਾਕੀ ਤਾਂ ਬਾਅਦ ਦੀਆਂ ਗੱਲਾਂ। ਜਿਹੜੀ ਇਹ ਆਉਂਦੀ ਆ ਗੱਲ ਦੇਵੀ ਜੂ ਕੀ ਉਸਤਤ, ਇਹ ਆਉਂਦੀ ਆ ਚੰਡੀ ਚਰਿੱਤਰ ਉਕਤ ਵਿਲਾਸ ਦੇ ਵਿੱਚ। ਪਰ ਜਿਹੜੀ ਦੇਵੀ ਵਾਲੀ ਗੱਲ ਆ, ਦੇਵੀ ਵਾਲੀ ਗੱਲ ਕਰਨ ਤੋਂ ਪਹਿਲਾਂ ਜੇ ਆਪਾਂ ਗੁਰਬਾਣੀ ਵੱਲ ਝਾਤ ਮਾਰੀਏ ਤਾਂ ਇੱਕ ਵਰਡ ਆਉਂਦਾ ਵਾ ਗੁਰਬਾਣੀ ਦੇ ਵਿੱਚ, ਦੇਵ। ਹੁਣ ਜੇ ਆਪਾਂ ਹਿੰਦੂ ਮਤ ਦੀ ਗੱਲ ਕਰੀਏ, ਜਿਹੜੇ ਲੋਕ ਸ਼ਿਵਜੀ ਨੂੰ ਮੰਨਦੇ ਆ, ਉਹ ਕਹਿੰਦੇ ਆ ਹਰ ਹਰ ਮਹਾਦੇਵ, ਉਹਨੂੰ ਸ਼ਿਵਜੀ ਨੂੰ ਹੀ ਕਹਿੰਦੇ ਆ ਦੇਵ ਮੇਨਲੀ। ਇਹਦਾ ਮਤਲਬ ਇਹ ਥੋੜ੍ਹੀ ਨਾ ਕਿ ਗੁਰਬਾਣੀ ਜਿਹੜੀ ਦੇਵ ਵਰਡ ਯੂਜ਼ ਕੀਤਾ ਉਹ ਦੇਵਤਿਆਂ ਲਈ ਕੀਤਾ, ਜਿਵੇਂ ਗੁਰਬਾਣੀ ਦਾ ਫਰਮਾਨ ਆ, ਸੇਵਾ ਮੰਗੈ ਸੇਵਕੋ ਲਾਈਆਂ ਆਪਣੀ ਸੇਵ, ਸਾਧੂ ਸੰਗ ਮਸਕਤੇ ਤੂਠੈ ਪਾਵਾ ਦੇਵ। ਇੱਥੇ ਫਿਰ ਦੇਵ ਕੌਣ ਹੋ ਗਿਆ? ਸ਼ਿਵਜੀ ਦੀ ਗੱਲ ਹੋ ਗਈ ਹੋਣੀ ਇੱਥੇ ਤਾਂ ਫਿਰ, ਕਿਉਂਕਿ ਦੇਵ ਫਿਰ ਪਰਮਾਤਮਾ ਲਈ ਕਿਵੇਂ ਹੋ ਸਕਦਾ ਵਰਡ? ਜੇ ਦੇਵੀ ਵਰਡ ਇੱਕ ਔਰਤ ਲਈ ਆ ਤਾਂ ਦੇਵ ਤਾਂ ਫਿਰ ਕੋਈ ਪੱਕਾ ਬੰਦੇ ਲਈ ਹੋਣਾ, ਕੋਈ ਦੇਵਤਾ ਹੀ ਹੋਣਾ ਵਾ। ਇਸ ਤਰ੍ਹਾਂ ਹੀ ਅੱਗੇ ਜਾ ਕੇ ਫਿਰ ਆਉਂਦਾ ਗੁਰਬਾਣੀ 'ਚ, ਦੀਨਾ ਨਾਥ ਦਇਆਲ ਦੇਵ ਪਤਿਤ ਉਧਾਰਨ ਹਾਰ, ਆਦ ਜੁਗਾਦੀ ਰੱਖਦਾ ਸੱਚ ਨਾਮ ਕਰਤਾਰ। ਫਿਰ ਇਸੇ ਤਰ੍ਹਾਂ 180 ਅੰਗ 'ਤੇ ਵੀ ਆਉਂਦਾ, ਤੁਮ ਲਾਵਹੋ ਤਉ ਲਾਗਹਿ ਸੇਵ, ਹਮਤੇ ਕਛੂ ਨਾ ਹੋਵੈ ਦੇਵ। ਇਹ ਤਾਂ ਫਿਰ ਦੇਵਤਿਆਂ ਦੀ ਗੱਲ ਹੋ ਗਈ। ਜਾਂ ਫਿਰ ਇਸ ਤਰ੍ਹਾਂ ਹੋ ਸਕਦਾ ਕਿ ਜਿਹੜੇ ਆਪਣੇ ਅਰਥ ਆ ਆਪਾਂ ਗਲਤ ਮਾਇਨੇ ਦੇ ਵਿੱਚ ਅਰਥ ਕਰਦੇ ਪਏ ਹਾਂ, ਆਪਾਂ ਨੂੰ ਸੋਝੀ ਨਹੀਂ ਹੈਗੀ ਗੁਰਬਾਣੀ ਦੇ ਅਰਥਾਂ ਦੀ, ਕਿਉਂਕਿ ਇੱਕ ਵਰਡ ਦੇ ਬਹੁਤ ਸਾਰੇ ਅਰਥ ਹੋ ਸਕਦੇ ਆ, ਜਿਵੇਂ ਹਰ ਵਰਡ ਆ। ਭਾਈ ਕਾਨ ਸਿੰਘ ਨੇ ਮਹਾਨ ਕੋਸ਼ ਦੇ ਵਿੱਚ ਹਰ ਦੇ 40 ਤੋਂ ਉੱਤੇ ਅਰਥ ਕੀਤੇ ਆ। ਹੁਣ ਜੇ ਆਪਾਂ ਇੱਕ ਹੀ ਅਰਥ ਲਾ ਦਈਏ ਸਾਰੇ ਸ਼ਬਦਾਂ ਦੇ ਵਿੱਚ, ਫਿਰ ਤਾਂ ਅਰਥਾਂ ਦੇ ਨਰਥ ਹੋ ਜਾਣਗੇ। ਜੇ ਇੱਥੇ ਦੇਵ ਦਾ ਮਤਲਬ ਪਰਮਾਤਮਾ ਹੈਗਾ ਵਾ, ਤਾਂ ਫਿਰ ਦੇਵੀ ਦਾ ਉੱਥੇ ਅਰਥ ਆਪਾਂ ਕਿਉਂ ਇਸਤਰੀ ਕਰ ਦਿੰਦੇ ਹਾਂ? ਜਿਹੜਾ ਟੀਕਾ ਕੀਤਾ ਨਾ ਮਹਿਰੋ ਵਾਲਿਆਂ ਨੇ, ਉਹਦੇ ਵਿੱਚ ਫੁੱਟ ਨੋਟ ਦੇ ਵਿੱਚ ਜਦੋਂ ਇਹ ਆਉਂਦਾ ਚੰਡੀ ਚਰਿੱਤਰ ਉਕਤ ਵਿਲਾਸ ਦੇ ਵਿੱਚ, ਉਹਨਾਂ ਨੇ ਇੱਕ ਨੋਟ ਲਿਖਿਆ ਹੋਇਆ, ਆਪਾਂ ਜੋ ਹੀ ਪੜ੍ਹਾਂਗੇ। ਜਿਹੜੇ ਕਹਿੰਦੇ ਆ ਨਾ ਕਿ ਦੇਖੋ ਜੀ ਲਿਖਿਆ ਦੇਵੀ ਜੂ ਕੀ ਉਸਤਦ, ਖਾਸ ਕਰਕੇ ਜਿਹੜਾ ਇਹ ਜਿਉਣ ਵਾਲਾ ਉਹਨੇ ਜ਼ਿਆਦਾ ਰੌਲਾ ਪਾਇਆ ਹੁੰਦਾ ਇਸ ਪੰਕਤੀ ਨੂੰ ਲੈ ਕੇ, ਅਤੇ ਉਹਦੇ ਬਾਰੇ ਆਪਾਂ ਗੱਲ ਕਰਾਂਗੇ। ਇੱਥੇ ਲਿਖਿਆ ਵਾ, ਜਿੱਥੇ ਗੁਰਦੇਵ ਅਕਾਲ ਪੁਰਖ ਅੱਗੇ ਬੇਨਤੀ ਕਰਦੇ ਹਨ ਕਿ ਦੇਵਤਿਆਂ ਨੇ ਬ੍ਰਹਮ ਕਵਚ ਦਾ ਜਾਪ ਉਚਾਰਨ ਕੀਤਾ, ਵਿਦਵਾਨਾਂ ਦੇ ਵਿਚਾਰਨ ਵਾਲੀ ਗੱਲ ਹੈ ਕਿ ਜੇ ਦੇਵਤਿਆਂ ਨੇ ਮੇਰੀ ਦੇਵੀ ਦੀ ਹੀ ਉਸਤਤ ਕਰਨੀ ਸੀ ਤਾਂ ਇਸਦਾ ਨਾਮ ਬ੍ਰਹਮ ਕਵਚ ਦਾ ਨਾਮ ਕਿਉਂ ਉਚਾਰਨ ਕੀਤਾ, ਦੇਵੀ ਜਾਂ ਦੁਰਗਾ ਕੌਚ ਦਾ ਜਾਪ ਕਿਉਂ ਨਾ ਕੀਤਾ। ਮੈਂ ਹੈਰਾਨ ਹਾਂ, 200 ਬਰਸ ਤੋਂ ਵਿਦਵਾਨਾਂ ਅਤੇ ਮਾਣਯੋਗ ਪ੍ਰੋਫੈਸਰ, ਡਾਕਟਰ, ਪ੍ਰਿੰਸੀਪਲ, ਗਿਆਨੀ, ਲੇਖਕ ਇਸ ਅਮੋਲਕ ਰਚਨਾ ਨੂੰ ਪੜ੍ਹਦੇ ਅਤੇ ਟੀਕੇ ਕਰਦੇ ਅਤੇ ਵਿਚਾਰਾਂ ਅਤੇ ਬਿਆਨ ਦੇ ਕੇ ਮੇਰੇ ਜਿਹੇ ਸਧਾਰਨ ਅਨਪੜ੍ਹ ਲੋਕਾਂ ਨੂੰ ਸਮਝਾਉਂਦੇ ਰਹੇ ਹਨ, ਪਰ ਇਸ ਗੂਝ ਭਾਵ ਵੱਲ ਧਿਆਨ ਨਾ ਦੇ ਕੇ ਵਿਚਾਰੀ ਦੇਵੀ ਮਾਤਾ ਦੀ ਨਿਖੇਧੀ ਅਤੇ ਦਫੜੀ ਪਿੱਟੀ ਜਾਂਦੇ ਹਨ। ਮੈਂ ਬਿਨੈ ਕਰਦਾ ਹਾਂ ਕਿ ਮਹਾਨ ਵਿਦਵਾਨ ਇਸ ਨੁਕਤੇ ਵੱਲ ਨਿਗਾਹ ਮਾਰੇ ਕਿ ਜੇਕਰ ਗੁਰੂ ਜੀ ਨੇ ਦੇਵੀ ਦੀ ਉਸਤਤ ਕਰਨ ਦੀ ਗਲਤੀ ਕੀਤੀ ਹੈ ਤਾਂ ਦੈਤਾਂ ਨੂੰ ਜਿੱਤ ਲੈ ਕੇ ਦੇਣ ਵਾਲੀ ਤਾਂ ਇੱਕੋ ਇੱਕ ਦੁਰਗਾ ਜਾਂ ਪਾਰਵਤੀ ਸੀ, ਕਾਲੀ ਉਸਦੀ ਸਹਾਇਕ ਉਸਨੇ ਆਪ ਆਪਣੇ ਮੱਥੇ ਵਿੱਚੋਂ ਕੱਢੀ ਸੀ। ਫਿਰ ਉਸਤਤ ਕਰਨ ਵੇਲੇ ਮੇਰੇ ਸ਼ਹਿਨਸ਼ਾਹ ਪਰਮ ਸਤਿਗੁਰੂ ਸ਼੍ਰੀ ਦਸਮੇਸ਼ ਜੀ ਨੂੰ ਅਨੇਕਾਂ ਦੇਵੀਆਂ ਅਤੇ ਦੇਵਤਿਆਂ ਦੇ ਨਾਮ ਇਸ ਵਿੱਚ ਘੜੀਸਣ ਦੀ ਕੀ ਲੋੜ ਪਈ? ਜੇ ਕਹੋ ਕਿ ਲਿਖਿਆ ਹੋਇਆ ਹੈ ਦੇਵੀ ਜੀ ਕੀ ਉਸਤਤ, ਕੀ ਆਦਿ ਸ਼ਕਤੀ ਨੂੰ ਦੈਵੀ ਨਹੀਂ ਕਿਹਾ ਜਾ ਸਕਦਾ? ਜੇ ਅਸੀਂ ਸ਼੍ਰੀ ਅਕਾਲ ਪੁਰਖ ਨੂੰ ਦੇਵ ਕਹਿ ਸਕਦੇ ਹਾਂ ਤਾਂ ਉਸਦੀ ਸ਼ਕਤੀ ਨੂੰ ਦੈਵੀ ਕਿਉਂ ਨਹੀਂ ਕਿਹਾ ਜਾ ਸਕਦਾ? ਕੀ ਦੁਸ਼ਟ ਅਰਿਸ਼ਟ ਨਾਸ ਕਰਨ ਦਾ ਠੇਕਾ ਸ਼੍ਰੀ ਪਾਰਵਤੀ ਮਾਤਾ ਪਾਸ ਹੀ ਹੈ, ਜਾਂ ਇਸਦੀ ਉਪਜ ਸ਼ਕਤੀ ਅਤੇ ਨਾਸ਼ ਕਰਨ ਦੀ ਜ਼ਿੰਮੇਦਾਰੀ ਆਦਿ ਸ਼ਕਤੀ ਦੀ ਨਹੀਂ? ਜੇ ਨਹੀਂ ਤਾਂ ਆਦਿ ਸ਼ਕਤੀ ਦਾ ਥਾਂ ਪਰ ਥਾਂ ਨਾਮ ਕਿਉਂ ਵਰਤਿਆ ਗਿਆ ਹੈ? ਜਾਂ ਉਸ ਤੋਂ ਬਿਨਾਂ ਖੁਦ ਮੁਖਤਿਆਰ ਹੋ ਕੇ ਕਿਹੜੀ ਸ਼ਕਤੀ ਹੈ?
ਜੋਗ ਜਵਾਲਾ ਦਾ ਉਪਜ ਸਰੋਤ ਤੇ ਭੰਡਾਰੀ ਕੌਣ ਹੋਇਆ? ਇਸ ਵਿਚਾਰੀ ਪਾਰਵਤੀ ਮਾਤਾ ਨੇ ਕਿਸ ਪਾਸੋਂ ਹਾਸਲ ਕੀਤੀ? ਅੰਬਿਕਾ ਜੰਬਿਕਾ ਦੇਵੀਆਂ ਦਾ ਨਾਮ ਲੈਣ ਦੀ ਕੀ ਲੋੜ ਭਾਸੀ? ਜਦਕਿ ਸਪਸ਼ਟ ਕੀਤਾ ਹੈ ਕਿ ਮੇਰੀ ਉਸ ਦੇਵੀ ਨੂੰ ਨਮਸਕਾਰ ਹੈ ਜੋ ਅੰਬਿਕਾ ਜੰਬਿਕਾ ਦੀ ਜੋਤ ਰੂਪ ਹੈ, ਜਿਸਦਾ ਜਿਸਮ ਨਹੀਂ ਸਿਰਫ ਚਿੱਤਰ ਰੂਪ ਹੀ ਰਾਜਿਆਂ ਦਾ ਰਾਜਾ ਕੌਣ ਹੋਇਆ? ਕੀ ਜਗਤ ਜਨਨੀ ਦੁਰਗਾ ਨੂੰ ਕਹਿ ਸਕਦੇ ਹਨ? ਜਾਂ ਪਰਮ ਰੂਪਾ ਅਥਵਾ ਰਾਜਾ ਸ਼ਾਂਤਕ ਆਦਿ ਸਾਰੇ ਸੰਸਾਰ ਦੇ ਧਰਮਾਂ ਦੀ ਰੱਖਿਆ ਕਰਨ ਵਾਲੀ ਸੰਜੋ ਰੂਪ ਪਾਰਵਤੀ ਦੇਵੀ ਹੈ ਜਾਂ ਆਦਿ ਦੇਵੀ ਹੈ ਜਾਂ ਆਦਿ ਦੇਵੀ ਹੋ ਸਕਦੀ ਹੈ? ਮੇਰੇ ਪਿਆਰੇ ਪਾਠਕੋ, ਥਰਮੇ ਤੇ ਗੌ ਨਾਲ ਅੱਗੇ ਵਿਚਾਰ ਕੇ ਪੜ੍ਹੋ। ਵਿਦਵਾਨ ਲੇਖਕ ਜਿਨ੍ਹਾਂ ਨੇ ਦੇਵੀ ਪੁਰਾਣ ਪੜ੍ਹੇ ਹੋਏ ਨੇ, ਉਹ ਇਸਤਰੀ ਲਿੰਗ ਸ਼ਬਦ ਨੂੰ ਜੋ ਆਦਿ ਸ਼ਕਤ ਵਾਚਕ ਹਨ, ਉਹਨਾਂ ਨੂੰ ਦੇਵੀ ਦੁਰਗਾ ਪਾਰਵਤੀ ਨਾਲ ਜੋੜਨ ਦੇ ਪ੍ਰਮਾਦ ਵਿੱਚ ਲਿਖ ਗਏ ਹਨ। ਸ਼੍ਰੀ ਗੁਰੂ ਦੇਵ ਜੀ ਦਾ ਆਸਾ ਤਾਂ ਕਾਲ ਪੁਰਖ ਦੇ ਕੌਤਕ ਵਰਣਨ ਕਰਕੇ ਉਸਦੇ ਬਲ ਦਾ ਪ੍ਰਗਟਾਵਾ ਕਰਨਾ ਹੈ, ਜੋ ਕਿਸੇ ਦੇਵੀ ਤੇ ਚੰਗੇ ਮੰਦੇ ਕਰਤੱਵਾਂ ਦੀ ਸੂਚੀ ਬਿਆਨ ਕਰਨ ਤੋਂ ਬਿਨਾਂ ਨਹੀਂ ਹੋ ਸਕਦਾ। ਜਿਸ ਦੇ ਡਰ ਵਿੱਚ ਧਰਤੀ ਆਕਾਸ਼ ਡਰੇ ਆਦਿ ਦੇ ਸਿਰ ਉੱਤੇ ਬੜਾ ਸਖਤ ਹੁਕਮ ਚੱਲ ਰਿਹਾ ਹੈ, ਜਿਸ ਦੇ ਹੁਕਮ ਦੇ ਵਿੱਚ ਵਾਯੂ ਤੇ ਅਗਨੀ, ਬ੍ਰਹਮ ਅਗਨੀ ਤੇ ਵਿਚਾਰਾ ਇੰਦਰ ਹੈ ਕਿ ਇਹੀ ਇੱਕ ਨਿਰਭਉ ਸ਼ਕਤੀ ਦੀ ਬਾਤ ਕਹੀ ਜਾਂਦੀ ਤੇ ਸੁਣੀ ਜਾਂਦੀ ਹੈ, ਤੇ ਸੁਖੀ ਅਤੇ ਸੌਖਾ ਉਹੀ ਹੈ ਜਿਹੜਾ ਗੁਰੂ ਦੇ ਰਾਹੀਂ ਇਸ ਤਰ੍ਹਾਂ ਉਸਦੇ ਗੁਣ ਵਰਣਨ ਕਰਦਾ ਹੈ। ਜੋ ਵੀ ਦੇਹਧਾਰੀ ਤੇ ਦੇਵੀ ਦੇਵਤੇ ਹਨ, ਇਹਨਾਂ ਤਾਂ ਸਾਰੇ ਉਸਦੇ ਭੈ ਵਿੱਚ ਕੰਮ ਕਰਦੇ ਹਨ। ਸਿੱਧ ਸਾਧਕ ਤਾਂ ਉਸਦੇ ਭੈ ਨਾਲ ਹੀ ਮਰ ਗਏ ਹਨ। ਹੋਰ ਆਮ ਆਬਾਦੀ ਦੀ ਤਾਂ ਗੱਲ ਹੀ ਕੀਕ ਹੈ, ਜੋ 84 ਲੱਖ ਜੂਨਾਂ ਦੇ ਵਿੱਚ ਮੁੜ ਮੁੜ ਕੇ ਜੋਨੀਆਂ ਲੈ ਕੇ ਮਰ ਗਏ ਨੇ। ਰਾਜਸ, ਸਾਤਕ, ਤਾਮਸ ਇਹ ਤਾਂ ਸਾਰੇ ਉਸਦੇ ਭੈ ਵਿੱਚ ਹਨ, ਨਾ ਕਿ ਦੇਵੀ ਦੁਰਗਾ ਦੇ ਵੱਸ ਦੀ ਇਹ ਗੱਲ ਹੋ ਸਕਦੀ ਹੈ। ਛਲ ਰੂਪ ਵਿੱਚ ਇਹ ਹਰ ਪ੍ਰਕਾਰ ਦੀ ਮਾਇਆ ਉਸਦੇ ਵਿੱਚ ਹੈ। ਲਕਸ਼ਮੀ ਤੇ ਧਰਮਰਾਜ ਸਾਰੇ ਉਸਦੇ ਹੀ ਡਰ ਵਿੱਚ ਹਨ। ਜਦੋਂ ਸਾਰੀ ਹੀ ਪੈਂਦ ਇਸ ਉਸ ਇੱਕ ਅਕਾਲ ਪੁਰਖ ਦੇ ਹੀ ਡਰ ਵਿੱਚ ਹੈ, ਜੋ ਦੇਖੋ ਮੂਲ ਰੂਪ ਵਿੱਚ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮਾਰੂ ਮਹੱਲਾ ਪੰਜਵਾਂ। ਡਰ ਪੈ ਧਰਤ ਆਕਾਸ ਨਖਤਰਾ, ਸਿਰ ਉੱਪਰ ਅਮਰ ਕਰਾਰਾ, ਪੌਣ ਪਾਣੀ ਬਹਿ ਸੰਤਰ ਡਰ ਪੈ ਇੰਦਰ ਵਿਚਾਰਾ, ਏਕਾ ਨਿਰਭਉ ਬਾਤ ਸੁਣੀ, ਸੋ ਸੁਖੀਆ ਸੋ ਸਦਾ ਸੁਹੇਲਾ, ਜੋ ਗੁਰਮਿਲ ਗਾਏ ਗੁਣੀ ਰਹਾਓ, ਦੇਹ ਧਾਰ ਅਰ ਦੇਵਾ ਡਰ ਪਹਿ, ਸਿੱਧ ਸਾਧਿਕ ਡਰ ਮੋਇਆ, 84 ਹੀ ਮਰ ਮਰ ਜਨਮੈ, ਫਿਰ ਫਿਰ ਜੋਨੀ ਜੋਇਆ, ਰਾਜਸ ਸਾਤਕ ਤਾਮਸ ਡਰ ਪਹਿ, ਕੇਤੇ ਰੂਪ ਉਪਾਇਆ, ਛਲ ਬਪੁਰੀ ਇਹ ਕੌਲਾ ਡਰ ਪੈ, ਅਤ ਡਰ ਪੈ ਧਰਮ ਰਾਇਆ, ਸਗਲ ਸਮੱਗਰੀ ਡਰ ਹੈ ਵਿਆਪੀ, ਬਿਨ ਡਰ ਕਰਨੈ ਹਾਰਾ, ਕਹੁ ਨਾਨਕ ਭਗਤਨ ਕਾ ਸੰਗੀ, ਭਗਤ ਸੋਹ ਹੈ ਦਰਬਾਰਾ। ਅੰਗ 998 ਤੋਂ 999। ਮਹੱਲਾ ਪੰਜਵਾਂ। ਪੰਜਵੇਂ ਗੁਰੂ ਨਾਨਕ ਜੋਤ ਕਹਿ ਰਹੀ ਹੈ ਕਿ ਦੇਹਧਾਰੀ ਤੇ ਦੇਵੀ ਦੇਵਤੇ ਉਸ ਅਕਾਲੀ ਜੋਤ ਦੇ ਡਰ ਵਿੱਚ ਹਨ, ਪਰ ਸੁਖੀਆ ਉਹ ਹੈ ਜਿਹੜਾ ਗੁਰੂ ਦੇ ਰਾਹ ਤੇ ਚੱਲ ਕੇ ਉਸ ਜੋਤ ਦੇ ਗੁਣ ਗਾਉਂਦਾ ਹੈ। ਰਾਜਸ, ਤਾਮਸ, ਸਾਤਕ ਇਹ 3 ਗੁਣ ਹਨ ਜੋ ਬ੍ਰਹਮਾ, ਵਿਸ਼ਨੂੰ ਤੇ ਸ਼ਿਵ ਜੀ ਦੇ ਵਾਚਕ। ਇਹ 3 ਦੇਵ ਧਰਮ ਦੇ ਮੋਢੀ ਹਨ, ਪਰ ਹੈਨ ਇਹ ਵੀ ਉਸਦੇ ਭੈ ਵਿੱਚ। ਫਿਰ ਸਾਨੂੰ ਸੁੱਖ ਤੇ ਸੌਖ ਕਿਸ ਕੰਮ ਵਿੱਚ ਹੈ? ਗੁਰੂ ਦੇ ਰਾਹ ਚੱਲ ਕੇ ਗੁਣ ਗਾਉਣ ਵਿੱਚ ਗੁਣ ਕਿਵੇਂ ਗਾਏ ਜਾ ਸਕਦੇ ਹਨ? ਜਿਵੇਂ ਆਹ ਪੰਚਮ ਗੁਰੂ ਨਾਨਕ ਜੋਤ ਗੁਰੂ ਨਾਨਕ ਦੇਵ ਜੀ ਦੇ ਰਾਹ ਚੱਲ ਕੇ ਗਏ ਹਨ, ਐਨ ਇਸੇ ਤਰ੍ਹਾਂ ਹੀ ਸ਼੍ਰੀ ਦਸਮੇਸ਼ ਗੁਰੂ ਨਾਨਕ ਜੋਤ ਨੇ ਉਸ ਪਰਮ ਜੋਤ ਦੇ ਗੁਣ ਗਾਏ ਹਨ, ਜਿਨ੍ਹਾਂ ਨੂੰ ਅਸੀਂ ਦੇਵੀ ਦੁਰਗਾ ਦੀ ਉਸਤਤ ਮੰਨ ਲਿਆ ਹੈ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਅੰਗ 1408। ਇਸੇ ਤਰ੍ਹਾਂ ਹੀ ਜੋਤ ਦੇਵੀ ਦੇਵਤਿਆਂ ਦਾ ਰੂਪ ਧਾਰ ਕੇ ਕੰਮ ਆਪ ਕਰ ਰਹੀ ਹੈ। ਜਦ ਇਹ ਦੇਵੀ ਦੇਵਤੇ ਵੀ ਉਸਦੇ ਕੀਤੇ ਹੋਏ ਹਨ, ਤਾਂ ਇਹਨਾਂ ਦਾ ਆਪਣੇ ਕਰਨ ਵਾਲੇ ਅੱਗੇ ਕੀ ਚਾਰਾ ਹੈ? ਕੁਦਰਤ ਕਰਨੇ ਹਾਰ ਅਪਾਰਾ, ਕੀਤਾ ਕਾ ਨਾਹੀ ਕਿਹੋ ਚਾਰਾ। ਅੰਗ 1042। ਪਰ ਜਦ ਅਸੀਂ ਉਸ ਪਰਮ ਜੋਤ ਦੀ ਉਸਤਤ ਕਰਨੀ ਹੈ, ਤਾਂ ਨਿਰਗੁਣ ਸਰੂਪ ਵਿੱਚ ਕਿਵੇਂ ਕਰਾਂਗੇ? ਅਵਸ਼ ਜਿਸ ਰੂਪ ਵਿੱਚ ਉਸਨੇ ਕੋਈ ਕੌਤਕ ਕੀਤਾ ਹੈ, ਉਸ ਰੂਪ ਦਾ ਜ਼ਿਕਰ ਪਹਿਲਾਂ ਕਰਾਂਗੇ, ਫੇਰ ਹੀ ਉਸਦਾ ਬਿਆਨ ਕਰ ਸਕਾਂਗੇ। ਸਮਝਣਾ ਸੀ ਇਹ ਹੈ ਕਿ ਤੀਰ ਮਾਰ ਕੇ ਬਾਲੀ ਨੂੰ ਰਾਮ ਚੰਦਰ ਮਾਰ ਰਿਹਾ ਹੈ, ਪਰ ਸਾਹਮਣੇ ਨਹੀਂ, ਤਾੜ ਰੁੱਖ ਦੇ ਓਹਲੇ ਹੋ ਕੇ। ਇਸੇ ਤਰ੍ਹਾਂ ਤਾਂ ਗੁਰੂ ਅਮਰਦਾਸ ਜੀ ਤਾੜਨਾ ਕਰਦੇ ਨੇ, ਨਾਨਕ ਪੜ੍ਹਨਾ ਗੁਣਨਾ ਇੱਕ ਨਾਓ ਹੈ, ਬੂਝੈ ਕੋ ਬੀਚਾਰੀ। ਅੰਗ 1246। ਪਰ ਦੇਵੀ ਦੇਵਤੇ ਬੜੀ ਸਾਧਨਾ ਕਰਕੇ ਇੱਥੋਂ ਤੱਕ ਪੁੱਜੇ ਹਨ, ਜਿਸ ਲਈ ਇਹਨਾਂ ਨੂੰ ਸਾਧ ਰੂਪ ਤੇ ਮਹਾਂਮੁਨੀ ਸ਼ਬਦਾਂ ਨਾਲ ਗੁਰਦੇਵ ਨੇ ਲਿਖਿਆ ਹੈ। ਪਰਮ ਪਿਤਾ ਆਪਣੇ ਨਾਲੋਂ ਆਪਣੇ ਭਗਤਾਂ ਦੀ ਉਪਮਾ ਨੂੰ ਤਰਜੀਹ ਦਿੰਦੇ ਹਨ, ਕੰਮ ਤਾਂ ਸਾਰੇ ਹੀ ਆਪ ਕਰਦੇ ਹਨ। ਕੀ ਮਰੀ ਹੋਈ ਗਊ ਨਾਮਦੇਵ ਨੇ ਜਿਉਂਦੀ ਕੀਤੀ ਸੀ?
कि हरनाक्ष नूं प्रहलाद ने मारिया सी, पर नाम उन्हां दा ही लिया जांदा है, सन्मान उन्हां दा ही कीता जांदा है। श्री कबीर जी अपनी हड्डबीती आप दसदे हन कि एक बारी उन्हां दे विरोधियों ने बाहर साधुआं दीआं मंडलियां नूं सदर पत्र भेज दिते कि फला दिन मैं जग कर रहा हाँ, इसलिए भोजन खाने लई पुजो। लिखी तिथि दे साधुआं दे टोले ते मंडल आउणे आरंभ हो गए। कबीर जी हैरान सन कि हुण की कीता जावे, इतना जग दे भोजन दा अडंबर किवें कीता जावे, जदकि कबीर जी कोई धनी सेठ नहीं सन। ਉਹ ਤਾਂ ਆਪਣੀ ਦਸ਼ਾ ਆਪ ਲਿਖਦੇ ਹਨ ਕਿ ਉਹਨਾਂ ਦੀ ਮਾਤਾ ਉਹਨਾਂ ਨੂੰ ਨਿਹੋਰੇ ਨਾਲ ਕਹਿ ਰਹੀ ਹੈ ਕਿ ਜਦੋਂ ਇੱਕ ਦੋ ਸਾਧ ਪ੍ਰਾਹੁਣੇ ਆ ਜਾਂਦੇ ਨੇ ਤੇ ਜਿਹੜੀਆਂ ਰੋਟੀਆਂ ਆਪ ਖਾਣ ਲਈ ਪਕਾਈਆਂ ਹੁੰਦੀਆਂ ਹਨ ਉਹ ਸਾਧੂਆਂ ਨੂੰ ਪਾ ਦਿੰਦੇ ਹੈ। ਹੋਰ ਆਟਾ ਨਾ ਹੋਣ ਕਰਕੇ ਸਾਨੂੰ ਛੋਲੇ ਭੁੱਜੇ ਖਾ ਕੇ ਸੌਣ ਨੂੰ ਕਹਿ ਦਿੱਤਾ ਜਾਂਦਾ ਹੈ। ਜਿਹੜਾ ਸ਼ਖਸ ਇੱਕ ਦੋ ਪ੍ਰਾਹੁਣਿਆਂ ਨੂੰ ਹੀ ਰੋਟੀ ਦੇ ਕੇ ਆਪ ਕੜਾ ਕੇ ਰਹਿੰਦਾ ਹੋਵੇ ਉਹ ਇਤਨੀਆਂ ਸਾਧੂ ਮੰਡਲੀਆਂ ਦੇ ਜੱਗ ਦਾ ਪ੍ਰਬੰਧ ਕਿਵੇਂ ਕਰੇ। ਇਸ ਲਈ ਕਬੀਰ ਜੀ ਪਿੰਡ ਤੋਂ ਬਾਹਰ ਕਿਸੇ ਰਸਤੇ ਤੇ ਨੇੜੇ ਕਿਸੇ ਪਰਦੇ ਅੰਦਰ ਹੋ ਗਏ, ਜਿਸ ਤੇ ਪ੍ਰੇਮ ਪ੍ਰਤਿਪਾਲੀ ਘਟ ਘਟ ਦੇ ਜਾਣੂ ਭਗਤਾਂ ਦੀ ਪੈਜ ਦੇ ਰਖਵਾਲੇ ਨੇ ਕਬੀਰ ਦਾ ਰੂਪ ਧਾਰ ਲਿਆ ਤੇ ਪਾਣੀ ਲੈ ਕੇ ਘਰ ਪਹੁੰਚ ਗਿਆ। ਜੱਗ ਆਰੰਭ ਕਰ ਦਿੱਤਾ, ਜੋ ਖੀਰ ਪੂੜੀਆਂ ਦੇ ਨਾਲ ਸਾਰੇ ਆਏ ਸਾਧੂ ਖੂਬ ਪੇਟ ਖੋਲ ਕੇ ਰੱਜ ਕੇ ਜਾ ਰਹੇ ਸਨ ਤੇ ਧੰਨ ਕਬੀਰ ਦੀ ਰੱਟ ਲਾਈ ਜਾ ਰਹੇ ਹਨ। ਇਹ ਧੰਨ ਕਬੀਰ ਦੀ ਰੱਟ ਕਬੀਰ ਜੀ ਦੀ ਕੰਨੀ ਪਈ ਤੇ ਬਾਹਰ ਨਿਕਲ ਕੇ ਪੁੱਛਣ ਲੱਗੇ ਕਿ ਮਹਾਤਮਾ ਜੀ ਤੁਸੀਂ ਇਹ ਧੰਨਵਾਦ ਕਿਉਂ ਕਰ ਰਹੇ ਹੋ। ਤਾਂ ਉੱਤਰ ਮਿਲਿਆ ਕਿ ਕਬੀਰ ਜੀ ਨੇ ਬਹੁਤ ਵੱਡਾ ਜੱਗ ਕੀਤਾ ਹੈ, ਹਜ਼ਾਰਾਂ ਸਾਧੂ ਅਨੇਕ ਤਰ੍ਹਾਂ ਤ੍ਰਿਪਤ ਹੋ ਕੇ ਤਰ੍ਹਾਂ ਤਰ੍ਹਾਂ ਦੀਆਂ ਮਿਠਾਈਆਂ ਤੇ ਦੱਛਣਾ ਦੇ ਲੈ ਕੇ ਗਏ ਹਨ, ਉਸਦਾ ਧੰਨਵਾਦ ਕਿਉਂ ਨਾ ਕੀਤਾ ਜਾਵੇ ਜਿਸਨੇ ਇਤਨਾ ਵੱਡਾ ਜੱਗ ਕੀਤਾ ਹੈ। ਕਬੀਰ ਜੀ ਸਮਝ ਗਏ ਤੇ ਕਿਹਾ ਸੀ, ਕਬੀਰ ਨਾ ਹਮ ਕੀਆ ਨਾ ਕਰਾਂਗੇ, ਨਾ ਕਰ ਸਕੈ ਸਰੀਰ, ਕਿਆ ਜਾਨੋ ਕਿਚ ਹਰ ਕੀਆ, ਭਿਓ ਕਬੀਰ ਕਬੀਰ। ਅੰਗ 1367। ਜੱਗ ਕਰਨ ਵਾਲਾ ਕੌਣ ਸੀ? ਨਿਰੰਕਾਰ ਅਕਾਰ ਪੁਰਖ ਧੰਨ ਧੰਨ ਕਿਸਦੀ ਹੋਈ? ਇਸ ਲਈ ਸਾਨੂੰ ਸੋਢੀ ਸੁਲਤਾਨ ਚੌਥੀ ਜੋਤ ਗੁਰੂ ਨਾਨਕ ਦੇਵ ਜੀ ਖੋਲ ਕੇ ਦੱਸਦੇ ਹਨ, ਹਰ ਦਾਸਨ ਸਿਉ ਪ੍ਰੀਤ ਹੈ, ਹਰ ਦਾਸਨ ਕੋ ਮਿੱਤ, ਹਰ ਦਾਸਨ ਕਹਿ ਵਸ ਹੈ, ਜਿਉਂ ਜੰਤੀ ਕਹਿ ਵਸ ਜੰਤ, ਹਰ ਕੇ ਦਾਸ ਹਰ ਧਿਆਏ ਦੇ, ਕਰ ਪ੍ਰੀਤਮ ਸਿਉ ਨੇ ਹੋ, ਕਿਰਪਾ ਕਰ ਕੈ ਸੁਨੋ ਪ੍ਰਭ, ਸਭ ਜਗ ਮਹਿ ਵਰਸੈ ਮੇ ਹੋ, ਜੋ ਹਰ ਦਾਸਨ ਕੀ ਉਸਤਤ ਹੈ, ਸਾ ਹਰ ਕੀ ਵਡਿਆਈ, ਹਰ ਆਪਣੀ ਵਡਿਆਈ ਭਾਵ ਦੀ, ਜਨਕਾ ਜੈਕਾਰ ਕਰਾਈ, ਸੋ ਹਰ ਜਨ ਨਾਮ ਧਿਆਏ ਦਾ, ਹਰ ਹਰ ਜਨ ਇੱਕ ਸਮਾਨ, ਜਨ ਨਾਨਕ ਹਰ ਕਾ ਦਾਸ ਹੈ, ਹਰ ਪੈਜ ਰੱਖੋ ਭਗਵਾਨ। ਅਸੀਂ ਕਦੇ ਅਵਤਾਰਵਾਦ ਕਹਿ ਕੇ ਪਰਮ ਪੁਰਸ਼ਾਂ ਦਾ ਅਪਮਾਨ ਕਰਦੇ ਹਾਂ, ਕਦੇ ਦੇਵੀ ਦੀ ਦੁਰਗਤੀ ਕਰਕੇ ਇੱਕ ਮਹਾਨ ਸ਼ਕਤੀ ਦਾ ਨਿਰਾਦਰ ਕਰਦੇ ਹਾਂ, ਕਦੇ ਪ੍ਰਭੂ ਦੇ ਦਾਸ ਤੇ ਸੇਵਕਾਂ ਨੂੰ ਭੰਡਦੇ ਹਾਂ ਜੋ ਆਪਣੇ ਮਾਲਿਕ ਦੀ ਕਿਰਤ ਵਿੱਚ ਦਖਲ ਦੇ ਕੇ ਪਰਮ ਪਿਤਾ ਦਾ ਵਿਰੋਧ ਕਰਦੇ ਹਾਂ। ਕਿਹੜਾ ਪਿਤਾ ਹੈ ਜੋ ਆਪਣੇ ਪੁੱਤਰਾਂ ਦੀ ਬੇਇੱਜ਼ਤੀ ਤੇ ਅਪਮਾਨ ਕਰਨ ਤੇ ਪ੍ਰਸੰਨ ਹੁੰਦਾ ਹੋਵੇ? ਇਹ ਤਾਂ ਸਾਡੀ ਹਉਮੈ ਤੇ ਹੰਗਤਾ ਹੈ, ਪ੍ਰਭੂ ਦੇ ਹੁਕਮ ਦੀ ਹੁਕਮ ਅਦੁੱਲੀ ਹੈ। ਜਦਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਇਸ ਪ੍ਰਕਿਰਿਆ ਦੀ ਨਿਖੇਧੀ ਕਰਦੇ ਹਨ, ਆਪ ਦਾ ਪਾਵਨ ਫੁਰਮਾਨ ਹੈ, ਤਨ ਤੇ ਛੁੱਟ ਗਈ ਆਪਣੀ ਧਾਰੀ, ਪ੍ਰਭ ਕੀ ਆਗਿਆ ਲੱਗੀ ਪਿਆਰੀ, ਜੋ ਕਿਛ ਕਰੈ ਸੋ ਮਨ ਮੇਰੇ ਮੀਠਾ, ਜੋ ਜੋ ਕੀਨੋ ਹਮ ਤਿਸਕੇ ਦਾਸ, ਪ੍ਰਭ ਮੇਰੇ ਕੋ ਸਗਲ ਨਿਵਾਸ, ਨਾ ਕੋ ਦੂਤ ਨਹੀਂ ਬੈਰ ਆਈ, ਰਲ ਮਿਲ ਚਾਲੇ ਏਕੈ ਭਾਈ। ਉਸ ਤੋਂ ਅੱਗੇ ਜੀ ਇਹ ਵੀ ਲਿਖਿਆ ਵਾ, ਤੀਨ ਗੁਣਾ ਇੱਕ ਸਖਤ ਉਪਾਇਆ, ਮਹਾ ਮਾਇਆ ਤਾਂ ਕੀ ਹੈ ਛਾਇਆ। ਅੰਗ 868, ਮਹੱਲਾ 5। ਭਾਵ ਇਹ ਕਿ ਇੱਕ ਸ਼ਕਤੀ ਨੇ ਤਿੰਨ ਗੁਣ ਪੈਦਾ ਕੀਤੇ, ਇਹ ਮਹਾਮਾਇਆ ਉਸ ਪਰਮ ਜੋਤ ਦੀ ਛਾਇਆ ਹੈ, ਨਾ ਇਹ ਛਲੀ ਜਾਂਦੀ ਹੈ, ਨਾ ਛੇਦੀ ਜਾਂਦੀ ਹੈ, ਨਾ ਇਸਦਾ ਭੇਦ ਲੱਭਦਾ ਹੈ, ਜੋ ਨਿਰੀ ਦਿਆਲ ਰੂਪ ਹੈ, ਇਸਦੀ ਗਤੀ ਵਰਣਨ ਨਹੀਂ ਕੀਤੀ ਜਾਂਦੀ। ਅਛਲ ਅਛੇਦ ਅਭੇਦ ਦਇਆਲ, ਦੀਨ ਦਇਆਲ ਸਦਾ ਕਿਰਪਾਲ, ਤਾਂ ਕਿ ਗਤਮਿਤ ਕਛ ਨਾ ਪਾਏ, ਨਾਨਕ ਤਾਂ ਕਹਿ ਬਲ ਬਲ ਜਾਏ। ਅੰਗ 868-69, ਮਹੱਲਾ 5। ਭਾਵ ਕਿ ਮੇਰੀ ਉਸ ਸ਼ਕਤੀ ਨੂੰ ਨਮਸਕਾਰ ਹੈ ਜੋ ਇਹਨਾਂ ਸਾਰਿਆਂ ਰੂਪਾਂ ਤੇ ਨਾਮਾਂ ਵਿੱਚ ਵਿਦਮਾਨ ਹੈ। ਇਸ ਨੂੰ ਕਿਸੇ ਦੇਵੀ ਜਾਂ ਦੁਰਗਾ ਦੀ ਉਪਮਾ ਕਹਿਣਾ ਅਖੇੜ ਭੁੱਲ ਹੈ। ਜੇ ਕਿਸੇ ਆਪ ਦੇਵੀ ਦੀ ਉਪਮਾ ਕਰਦੇ ਹੁੰਦੇ ਤਾਂ ਇੱਕ ਦੇਵੀ ਦਾ ਨਿਰੰਤਰ ਨਾਮ ਲੈਂਦੇ। ਸੋ ਖਾਲਸਾ ਜੀ, ਇਹ ਸੀਗਾ ਫੁੱਟਨੋਟ ਟੀਕੇ ਦਾ। ਇੱਕ ਗੱਲ ਮੈਂ ਇੱਥੇ ਜਿਹੜੀ ਆ ਉਹ ਹੋਰ ਕਹਿਣੀ ਚਾਹੁੰਦਾ, ਜਦੋਂ ਚੰਡੀ ਚਰਿੱਤਰ ਦੇ ਵਿੱਚ ਇਹ ਆਉਂਦਾ ਵਾ ਦੇਵੀ ਜੂ ਕੀ ਉਸਤਤ, ਦੇਵੀ ਜੂ ਕੀ ਉਸਤਤ ਕਰਦੇ ਕਰਦੇ
ਸਾਰੇ ਨਾਮ ਲਿੱਤੇ ਜਾਂਦੇ ਆ। ਇਹ ਅੱਗੇ ਫਿਰ ਇੱਕ ਲਾਈਨ ਆਉਂਦੀ ਆ, ਅਰੂਪੰਗ ਅਨੂਪੰਗ ਅਨਾਮੰਗ ਅਠਾਮੰਗ, ਜਿਹਦੇ ਅਰਥ ਨੇ ਰੂਪ ਤੋਂ ਰਹਿਤ, ਉਪਮਾ ਤੋਂ ਰਹਿਤ, ਨਾਮ ਤੋਂ ਬਿਨਾਂ, ਕਿਸੇ ਥਾਂ ਤੋਂ ਬਿਨਾਂ, ਬੇਡਰ ਅਜਿੱਤ ਮਹਾ ਧਰਮ ਦਾ ਘਰ। ਕਹਿਣ ਦਾ ਮਤਲਬ ਜੇ ਦੇਵੀ ਦੀ ਉਸਤਤੀ ਸੀਗੀ ਚਾਰ ਬਾਹਾਂ ਵਾਲੀ ਦੀ, ਤੇ ਫਿਰ ਉਹਦਾ ਤਾਂ ਰੂਪ ਹੈਗਾ ਵਾ, ਤੇ ਰੂਪ ਤੋਂ ਰਹਿਤ ਕਿਉਂ ਕਹਿਤਾ ਫਿਰ ਉਹਨੂੰ? ਨਾਲੇ ਇੱਥੇ ਲਿਖਿਆ ਵਾ ਅਨਾਮੰਗ ਕੇ ਨਾਮ ਤੋਂ ਰਹਿਤ, ਨਾਮ ਵੀ ਹੈਗਾ ਉਹਦਾ, ਉਹ ਹੈਗਾ ਵਾ ਦੁਰਗਾ, ਫਿਰ ਅਨਾਮੰਗ ਕਿਉਂ ਕਹਿਤਾ ਇੱਥੇ? ਸੋ ਖਾਸ ਆ ਜਿਹੜੀ ਇਹ ਦੇਵੀ ਜੁਗੀ ਉਸਤਤ ਤੇ ਲੋਕੀ ਇਹਨਾਂ ਬੋਲੀ ਜਾਂਦੇ ਆ ਨਾ, ਖਾਸ ਕਰ ਉਹ ਲੋਕ ਜਿਹਨਾਂ ਨੂੰ ਗੁਰਬਾਣੀ ਦਾ ਪਤਾ ਨਹੀਂ, ਉਹਨਾਂ ਨੂੰ ਇਹਦੇ ਅਰਥ ਨਹੀਂ ਪਤਾ ਅਸਲ ਦੇ ਵਿੱਚ। ਇਹ ਉਹ ਅਕਾਲ ਸ਼ਕਤੀ ਆ ਜਿਹਨੇ ਸੰਸਾਰ ਸਾਰਾ ਪੈਦਾ ਕੀਤਾ, ਉਹਦੀ ਉਸਤਤ ਹੋ ਰਹੀ ਨਾ ਕਿ ਕੋਈ ਦੇਵੀ ਦੀ। ਸੋ ਇੰਨਾ ਖਾਲਸਾ ਜੀ ਵਿਚਾਰ ਪ੍ਰਵਾਨ ਕਰਨੀ, ਅੱਗੇ ਆਪਾਂ ਹੋਰ ਇਹਨੂੰ ਵਿਸਤਾਰ ਨਾਲ ਪੜ੍ਹਾਂਗੇ ਜਦੋਂ ਆਪਾਂ ਕ੍ਰਿਸ਼ਨ ਅਵਤਾਰ ਦੀ ਗੱਲ ਕਰਾਂਗੇ, ਕਿਉਂਕਿ ਉੱਥੇ ਬਹੁਤ ਵਿਸਥਾਰ ਨਾਲ ਲਿਖਿਆ ਗਿਆ ਵਾ, ਅਤੇ ਆਪਾਂ ਉੱਥੇ ਅਰਥ ਸਾਰੀਆਂ ਸਤਰਾਂ ਦੇ ਕਰਾਂਗੇ ਅਤੇ ਇਹਨਾਂ ਸਤਰਾਂ ਦੇ ਵੀ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।